ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਤੇ ਸ਼ਰਧਾਲੂਆਂ ਵਿੱਚ ਭਾਰੀ ਸ਼ਰਧਾ ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ। ਕੁਝ ਅਜਿਹਾ ਹੀ ਅਲੌਕਿਕ ਨਜ਼ਾਰਾ ਹੈ 550 ਸਾਲਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੁਰਬ ਯਾਤਰਾ ਦਾ, ਜੋ ਕਿ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬੀਦਰ ਕਰਨਾਟਕਾ ਤੋਂ 2 ਜੂਨ ਨੂੰ ਆਰੰਭ ਹੋਈ ਹੈ ਅਤੇ ਨੰਦੇੜ ਅਮਰਾਵਤੀ ਦੇ ਰਾਸਤਿਓਂ ਗੁਜ਼ਰਦੀ ਹੋਈ ਇਹ ਯਾਤਰਾ 15 ਜੁਲਾਈ ਨੂੰ ਵੱਖ ਵੱਖ ਸ਼ਹਿਰਾਂ ਵਿਚੋਂ ਹੁੰਦੇ ਹੋਏ ਮੇਰਠ ਉੱਤਰ ਪ੍ਰਦੇਸ਼ ਜਾ ਕੇ ਸੰਪੰਨ ਹੋਵੇਗੀ।